ਕਿੱਦਾਂ ਰਿਹਾ ਫਿਰ ਦਿਨ? ਵਧੀਆ। ਸਰਪ੍ਰਾਈਜ਼ ਠੀਕ ਹੈ? होप करदा तुसी सारे ठीक ठाक होवोगे। वेलकम बैक टू यूट्यूब चैनल जासर्श। सो जिवें कि थोनू पता कि मैं लास्ट व्लॉग्स दसिया सी कि अर्श लई कोई सरप्राइज़ आ एंड थोड़े लिए भी सरप्राइज़ होगा कि मैं अर्श नू की सरप्राइज़ देना। सो अज मैं उत्थे ही जा रहा गाइज। अगे मैं लेट बड़ा हो गया, जिथे मैं जाना वो भाजी मेरी वेट कर रहे हैं एंड इन्ने दिन हो गए मेरे को जाया नहीं गया क्योंकि मेरा हाथ ठीक नहीं सी। तुहानू लास्ट व्लॉग च दसिया सी कि मेरे हाथ फ्रैक्चर हो गया तो उहदे कारण मेरे को किन्ने दिन हो गए व्लॉग भी नहीं किया गया, किन्ने दिन हो गए मेरे को जाया भी नहीं गया अर्श लई गिफ्ट लैन एंड हुण मैं जा रहा। कोई ये चीज़ ना सोचियो कि अर्श दा बर्थडे या कोई स्पैशल डे आ, कुछ नहीं आ। सिर्फ उदा ही एक आप अपने पार्टनर नू खुश करने के लिए कोई सरप्राइज क्रिएट करते हैं, कोई सरप्राइज गिफ्ट क्रिएट करते हैं। सो इदा ही मैं भी अर्श वास्ते सरप्राइज गिफ्ट कुछ लैन जा रहा जिदे नाल उहनू खुशी मिलेगी। सो तुसीं भी व्लॉग च बने रहो। हुण भी मैं अर्श नू बहाना ला के आया घर के, अर्श मैं माड़ा जिहा बाजार जाना, थोड़ा जिहा मैनू जरूरी काम आ। सो वो मैनू जान नहीं सी दिंदी क्योंकि वह कहिंदी सी कि तुसीं हाथ ठीक नहीं आ ते ड्राइव किदां करोगे जे वो, बट उन्होंने कहा नहीं मैं जरूरी काम जा रहा। सो हूँ मैं निकल आया, हूँ मैं उत्थे जा रहा। बाकी ये गिफ्ट की आ, मैं कितने जा रहा तो मैं की बाय करना अर्श वास्ते यह तुम व्लॉग च देखो एंड अर्श नू मिलेगा किस तरीके। अज का व्लॉग काफ़ी एंटरटेनिंग होएगा थोड़े लिए, तो व्लॉग च बने रहो। बाकी चलो आओ मिलते हैं आप रस्ते च। गाइज अगर किसी नूं गोल्ड कोइन चाहिए हो तो इन्हां कोल भी अवेलेबल ने। दिखाओ भाजी, देखो जी ये साढ़े को 1 ग्राम तो लैके तो 100 ग्राम तक गोल्ड कोइन हर वेले मिलते हैं। ठीक है जी, ये 24 कैरेट विद बिल, विदाउट बिल नहीं। ओके, विद बिल मिलेंगे। 24 कैरेट? हाँ जी, 24 कैरेट बिस्कुट होगा जी। ठीक है जी, दिखाएंगे क्योंकि अजकल
ਹਰ ਇੱਕ ਦੀ ਪਸੰਦ ਆ ਬਿਸਕਿਟ ਹਾਂਜੀ ਹਾਂ ਇਹ ਦੇਖੋ ਜੀ ਇਹ 10 ਗ੍ਰਾਮ ਦਾ ਅੱਛਾ ਇਹ 20 ਗ੍ਰਾਮ ਦਾ ਦੋ ਤੋਲੇ ਦਾ ਓਕੇ ਇਹ ਤੁਸੀਂ ਇਨਵੈਸਟਮੈਂਟ ਵਾਸਤੇ ਤੁਹਾਡੇ ਤੁਸੀਂ ਰੱਖ ਸਕਦੇ ਜੀ ਬੈਸਟ ਇਨਵੈਸਟਮੈਂਟ ਹੈ ਹੀ ਗੋਲਡ ਇਨਵੈਸਟਮੈਂਟ ਹੈ ਹਾਂ ਜਦੋਂ ਤੁਹਾਡੇ ਗੋਲਡ ਦਾ ਪ੍ਰਾਈਸ ਵਧੇਗਾ ਤੁਹਾਨੂੰ ਇਹਦੇ ਪੈਸੇ ਵੱਧ ਮਿਲਣਗੇ ਠੀਕ ਹੈ ਜੀ ਅੱਧੇ ਤੋਲੇ ਦਾ 5 ਗ੍ਰਾਮ ਦਾ ਓਕੇ ਇੱਕ ਹੈ 10 ਤੋਲੇ ਕੁੰਦਨ ਬ੍ਰਾਂਡ ਹੈ ਸੁਲਤਾਨ ਰੋਡ ਦੇ ਜਿਹੜਾ ਏਰੀਆ ਉਹਦੇ ਅਸੀਂ ਡੀਲਰ ਹੈਗੇ ਹਾਂ ਓਕੇ ਹਾਂਜੀ ਤੇ ਭਾਅ ਜੀ ਦੀ ਸ਼ੋਪ ਹੈ ਅਤੇ ਭਾਅ ਜੀ ਐਡਰੈਸ ਦੱਸ ਦਿਉ ਮਾੜਾ ਜਿਹਾ ਆਪਣਾ ਦੱਸੋ ਬੇਟਾ ਤੁਸੀਂ ਦੱਸੋ ਸਾਡਾ ਜਿਹੜਾ ਸ਼ੋਪ ਦਾ ਨੇਮ ਹੈ ਇੰਦਰ ਸਿੰਘ ਜਵੈਲਰਸ ਕੋਟ ਬਾਬਾ ਦੀਪ ਸਿੰਘ ਬਾਜ਼ਾਰ ਨੰਬਰ 1 ਇਹ ਰੋਡ ਪੈਂਦੀ ਹੈ ਗੁਰਦੁਆਰਾ ਸ਼ਹੀਦਾਂ ਸਾਹਿਬ ਜਿਹੜੀ ਮੇਨ ਰੋਡ ਜਾਂਦੀ ਆ ਉੱਥੋਂ ਅੰਦਰ ਨੂੰ ਬਾਜ਼ਾਰ ਆਉਂਦਾ ਕੋਟ ਬਾਬਾ ਦੀਪ ਸਿੰਘ ਜ਼ਰੂਰ ਤੁਸੀਂ ਸਾਡੇ ਸਟੋਰ 'ਤੇ ਵਿਜ਼ਿਟ ਕਰੋ ਜਿਹੜੀ ਨਵੀਂ ਕਲੈਕਸ਼ਨ ਆ ਤੁਹਾਨੂੰ ਜੂਲਰੀ ਦੀ ਸਾਰੀ ਮਿਲੇਗੀ ਫਿਰ ਉਹ ਵੀ ਹਾਲਮਾਰਕ ਜੂਲਰੀ ਸਿਰਫ ਅਸੀਂ ਹਾਲਮਾਰਕ ਤੋਂ ਬਿਨਾਂ ਕੋਈ ਹੋਰ ਸਮਾਨ ਸੇਲ ਨਹੀਂ ਕਰਦੇ ਅਤੇ ਜਿਹੜਾ ਡਾਇਮੰਡ ਵੀ ਮਿਲੇਗਾ ਉਹ ਵੀ ਸਰਟੀਫਾਈਡ ਮਿਲੇਗਾ ਜਿਵੇਂ ਭਾਅ ਜੀ ਨੇ ਡਾਇਮੰਡ ਰਿੰਗ ਲਈ ਆ ਉਹ ਵੀ ਵਿੱਚ ਸਰਟੀਫਿਕੇਟ ਦਿੱਤੀ ਆ ਸਭ ਨੂੰ ਮਿਲੀ ਆਪਾਂ ਐਂਡ ਇਹਨਾਂ ਦੀ ਇੰਸਟਾਗ੍ਰਾਮ 'ਤੇ ਆਈਡੀ ਵੀ ਮੈਂਸ਼ਨ ਆ ਮੈਂ ਉਹ ਵੀ ਥੱਲੇ ਨੀਚੇ ਮੈਂਸ਼ਨ ਕਰ ਦਾਂਗਾ ਐਂਡ ਇਹਨਾਂ ਦਾ ਐਡਰੈਸ ਮੈਂਸ਼ਨ ਕਰ ਦਾਂਗਾ ਤੁਸੀਂ ਜਦੋਂ ਵੀ ਕੋਈ ਚੀਜ਼ ਬਾਏ ਕਰਨੀ ਆ ਗੋਲਡ ਦੀ ਸਿਲਵਰ ਦੀ ਤਾਂ ਭਾਅ ਜੀ ਕੋ ਵਿਜ਼ਿਟ ਕਰਿਓ ਸਾਡਾ ਭਰੋਸਾ ਇਹਨਾਂ ਨਾਲ ਬਣਿਆ ਤਾਂ ਤੁਹਾਡਾ ਵੀ ਤੁਸੀਂ ਪਹਿਲੀ ਵਾਰ ਵਿਜ਼ਿਟ ਕਰੋਗੇ ਤਾਂ ਤੁਸੀਂ ਇਹਨਾਂ ਦੇ ਹੋ ਜਾਣਾ ਬਾਕੀ ਚਲੋ ਮਿਲਦੇ ਹਾਂ ਆਪਾਂ ਜੀ ਥੈਂਕ ਯੂ ਭਾਅ ਜੀ ਓਕੇ ਥੈਂਕ ਯੂ ਸੋ ਗਾਈਜ਼ ਆਪਾਂ ਫਾਈਨਲੀ ਗਿਫਟ ਲੈ ਲਿਆ ਆ ਅਤੇ ਹੁਣ ਆਪਾਂ ਜਾ ਰਹੇ ਹਾਂ ਘਰ ਨੂੰ ਅਤੇ ਮੈਂ ਅਰਸ਼ ਨੂੰ ਫੋਨ ਕੀਤਾ ਉਹ ਉੱਪਰ ਸੁਨੈਨਾ ਕੋਲੋਂ ਆਪਣਾ ਰੀਲਸ ਵਗੈਰਾ ਸ਼ੂਟ ਕਰਵਾ ਰਹੀ ਹੈ ਅਤੇ ਅੱਗੋਂ ਮੈਂ ਉਹਨੂੰ ਗਿਫਟ ਕਿਵੇਂ ਦੇਣਾ ਆ ਕਿੱਦਾਂ ਦੇਣਾ ਆ ਅਤੇ ਅਰਸ਼ ਦਾ ਕੀ ਰਿਐਕਸ਼ਨ ਹੋਏਗਾ ਇਹ ਦੇਖਣ ਲਈ ਵਲੌਗ 'ਚ ਬਣੇ ਰਹੋ ਐਂਡ ਆਪਾਂ ਹੁਣ ਘਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਅਤੇ ਅੱਗੇ ਕੀ ਬਣਦਾ ਸਾਰਾ ਚਲੋ ਬਾਕੀ ਦੇਖਦੇ ਹਾਂ ਘਰ ਜਾ ਕੇ ਫਾਈਨਲੀ ਆਪਾਂ ਘਰ ਆ ਗਏ ਹਾਂ ਅਤੇ ਆਪਣੇ ਰੂਮ 'ਚ ਅਰਸ਼ ਅਤੇ ਸੁਨੈਨਾ ਉੱਧਰ ਰੂਮ 'ਚ ਬੈਠੇ ਹੋਏ ਮੈਂ ਦੂਜੇ ਰੂਮ 'ਚ ਇੱਥੇ ਮੈਂ ਕਿਤੇ ਨਾ ਕਿਤੇ ਨਾ ਸਾਈਡ 'ਤੇ ਰੱਖ ਦਿੰਦਾ ਇਹਨੂੰ ਗਿਫਟ ਨੂੰ ਇੱਥੇ ਰੱਖ ਦਿੰਦੇ ਹਾਂ ਅਤੇ ਮੈਂ ਨਾ ਸਲੋ ਇਸ ਕਰਕੇ ਬੋਲਦਾ ਪਿਆ ਕਿਉਂਕਿ ਆਵਾਜ਼ ਜਾਂਦੀ ਆ ਉੱਧਰ ਮੈਂ ਉਹਨੂੰ ਕਿਸੇ ਬਹਾਨੇ ਥੱਲੇ ਭੇਜੂੰਗਾ ਅਤੇ ਫਿਰ ਮੈਂ ਗਿਫਟ ਲੈ ਕੇ ਉੱਧਰ ਰੱਖ ਦੂੰਗਾ ਛੇਤੀ ਛੇਤੀ ਬਾਕੀ ਚਲੋ ਆਪਾਂ ਦੇਖਦੇ ਹਾਂ ਕਿ ਕੀ ਬਣਦਾ ਆ ਜਾ ਵਾਟੇ ਗਰਮੀ ਪਾਣੀ ਪੂਣੀ ਪਿਓ ਪਹਿਲਾਂ ਯਾਰ ਫਿਰ ਦੱਸ ਦੇ ਕੀ ਹੋ ਰਿਹਾ ਲਾ ਜੀ ਬਾ ਤੁਸੀਂ ਤਾਂ ਸ਼ੂਟ ਕਰਦੇ ਪਏ ਉੱਪਰ ਬਸ ਹੁਣ ਕੇ ਸ਼ੂਟ ਕਰੀ ਜਾਣਾ ਸਾਰਾ ਦਿਨ ਮੈਂ ਤੁਹਾਡੀ ਵੇਟ ਕਰ ਰਹੀ ਮੈਂ ਕਿਹਾ ਚਲੋ ਤੁਹਾਡੀ ਮੇਰੀ ਡਰੈਸ ਹੈ ਮੈਚਿੰਗ ਹੈ ਤੁਹਾਡਾ ਦੋ ਕਰੀਲਸ ਬਣਾ ਲੈਂਦੇ ਅੱਛਾ ਅੱਛਾ ਨਹੀਂ ਗਰਮੀ ਬੜੀ ਯਾਰ ਬਾਰ ਬਹੁਤ ਗਰਮੀ ਆ ਜਾਓ ਪਾਣੀ ਪੂਣੀ ਪਿਓ ਨਹੀਂ ਥੋੜਾ ਸਹੀ ਹੋ ਕੇ ਬੈਠੀ ਨਾ ਵਲੌਗ ਚੱਲ ਰਿਹਾ ਹੈ ਹੈਲੋ ਐਵਰੀਵਨ ਵਲੌਗ ਜਾ ਪਾਣੀ ਤੇ ਪਿਆ ਪਹਿਲਾਂ ਸਹੀ ਦੱਸਦਾ ਵਾਂ ਪਾਣੀ ਤੇ ਪਿਓ ਯਾਰ ਦੱਸ ਪਾਣੀ ਪੀਣਾ ਗਰੀਬ ਨੇ ਐ ਵਾਲਾ ਨਹੀਂ ਪੀਣਾ ਠੰਡਾ ਪੀਣਾ ਠੰਡਾ ਹੀ ਆ ਠੰਡਾ 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 ਚਿਲਡ ਬਰਫ ਵਾਲਾ ਥੱਲੇ ਜਾਣਾ ਪੈਣਾ ਹਾਏ ਹਾਏ ਮੇਰੇ ਲਈ ਥੱਲੇ ਨਹੀਂ ਜਾ ਸਕਦੇ ਸਾਰੇ ਜਾ ਰਹੇ ਹੈ ਪਾਣੀ ਲੈ ਆਉਂਦੇ ਤੁਹਾਡੇ ਵਾਸਤੇ ਮੇਰੇ ਲਈ ਥੱਲੇ ਨਹੀਂ ਜਾ ਸਕਦੀ ਆ ਜਾ ਗੱਲ ਹੋ ਗਈ ਚੱਲੀ ਆ ਜੂਸ ਪੀਣਾ ਕਿ ਪਾਣੀ ਪੀਣਾ ਪਾਣੀ 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 ਲੋਕ ਆਈ ਅਸ ਪਹੁੰਚ ਗਈ ਆਪਾਂ ਛੇਤੀ ਛੇਤੀ ਫੜ ਲਈ ਆਪਾਂ ਛੇਤੀ ਛੇਤੀ ਲਗਾ ਦਈਏ ਇੱਥੇ ਲਗਾ ਦਿੰਦੇ ਹਾਂ ਨਹੀਂ ਲੱਗਦਾ ਪਤਾ ਨਹੀਂ ਬਹਿ ਆਰਾਮ ਨਾਲ ਤੂੰ ਮੋਟਿਆ ਜਿਹਾ ਕਿੱਦਾਂ ਰਿਹਾ ਫਿਰ ਦਿਨ ਵਧੀਆ ਸਰਪ੍ਰਾਈਜ਼ ਠੀਕ ਹੈ ਠੀਕ ਹੈ ਨਾ ਬੋਲਿਓ ਨਾ ਕੁਛ ਵੀ ਠੀਕ ਹੈ ਨਾ ਗਾਈਜ਼ ਗਿਫਟ ਆਪਾਂ ਲਗਾ ਤਾ ਬਾਕੀ ਹੁਣ ਦੇਖਦੇ ਹਾਂ ਅਰਸ਼ ਲੱਭ ਪਾਉਂਦੀ ਹੈ ਕਿ ਨਹੀਂ ਲੱਭ ਪਾਉਂਦੀ ਫਿਰ ਉਹਦੇ ਰਿਐਕਸ਼ਨ ਦੇਖਾਂਗੇ ਆਪਾਂ ਆ ਲੱਗੀ ਹੈ ਬਸ ਪਾਣੀ ਲੈ ਕੇ ਤੁਸੀਂ ਤੇ ਉਦੋਂ ਆਓਗੇ ਜਦੋਂ ਬੰਦਾ ਪਿਆਸ ਨਾ ਹੈ ਐਂਡ ਲੈਵਲ ਦਾ ਹੁੰਦਾ ਹੈ ਚਿਲਡ ਪੂਰਾ ਵਾਹ ਜੀ ਵਾਹ ਧੰਨਵਾਦ ਹੈਲੋ एवरीवन ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਆਰ YouTube ਚੈਨਲ ਜੈਸਾ ਬੋਲ ਚੁੱਕੇ ਆ ਕਾਹਦਾ ਵਲੌਗ ਕੀਤਾ ਅੱਜ ਵੈਹੀ ਪਾਣੀ ਪੀਣ ਦਾ ਘੁੰਮ ਫਿਰ ਕੇ ਆਏ ਨਾ
ਆਪਾਂ ਦੋਵੇਂ ਖਾ ਪੀ ਕੇ ਆਏ ਮੈਂ ਕਿਹਾ ਤੈਨੂੰ ਕਿੱਥੇ ਲੈ ਕੇ ਜਾਵਾਂ ਤੈਨੂੰ ਹਰ ਥੋੜੀ ਜਗ੍ਹਾ ਹਰ ਜਗ੍ਹਾ ਤੈਨੂੰ ਥੋੜੀ ਲਈ ਜਾਂਦਾ ਹੁਣ ਮੈਂ ਨਹੀਂ ਤੁਸੀਂ ਗਾਲਾਂ ਕੱਢਣੀਆਂ ਚਾਹੁੰਦੇ ਹੋ ਕਿ ਪਿਆਰ ਨਾਲ ਗਾਲਾਂ ਤਾਂ ਮੈਂ ਤੇ ਜਿੱਦਾਂ ਰੋਜ਼ ਗਾਲਾਂ ਹੀ ਕੱਢਦੀ ਨਹੀਂ ਦੱਸੋ ਦੱਸ ਦੋ ਦੱਸਦੀ ਦਾ ਹੁੰਦਾ ਪਾਣੀ ਪੀ ਲਈਏ ਨਹੀਂ ਘੁੰਮ ਫਿਰ ਕੇ ਆਏਗੇ ਹੈਂ ਆਹੋ ਨਹੀਂ ਘੁੰਮ ਫਿਰ ਕੇ ਨਹੀਂ ਕੁਛ ਲੈ ਕੇ ਆਇਆ ਤੇਰੇ ਲਈ ਕੀ ਅੱਛਾ ਦਿਓ ਮੈਂ ਕਿਤੇ ਕਹਿੰਦੀ ਦਿਓ ਤਾਲੀ ਤਾਲੀ ਦੇ ਸਕਦਾ ਉਹਨੇ ਕੁਛ ਦੇ ਸਕਦਾ ਚੱਲ ਇਹ ਚੀਜ਼ ਆ ਕਿ ਜੋ ਵੀ ਹੈਗਾ ਨਾ ਇਸ ਰੂਮ ਚ ਲਗਾਇਆ ਤੇ ਬਾਕੀ ਤੇਰਾ ਕੰਮ ਆ ਲੱਭਣਾ ਤੇ ਸਵੇਰੇ ਤੇ ਮੈਂ ਰੂਮ ਕਲੀਨ ਕੀਤਾ ਹੁਣ ਇਹ ਲਗਾਇਆ ਗਿਆ ਨਾ ਅੱਛਾ ਮੈਂ ਵੀ ਕਮਾ ਠੰਡਾ ਪਾਣੀ ਕਿਉਂ ਪੀਣਾ ਇਹਨਾਂ ਨੇ ਚੱਲ ਰੱਖ ਲੈਣੋ ਫਿਰ ਲੱਭ ਦੇ ਚੱਲ ਠੀਕ ਹੈ ਲੱਭ ਕਿੱਥੇ ਲਗਾਇਆ ਇਹਨਾਂ ਦਾ ਦੱਸੋ ਦੇਖ ਲੈ ਆਪੇ ਲੱਭੋ ਨਾ ਤੇ ਜੇ ਮੈਂ ਇਹੋ ਚੀਜ਼ ਦੱਸਣੀ ਫਿਰ ਮੈਂ ਤੈਨੂੰ ਸਿੱਧਾ ਆ ਕੇ ਕਿਉਂ ਦੱਸ ਦਿੰਦਾ ਫਿਰ ਤੇ ਲੱਭਣਾ ਹੀ ਕਿਉਂ ਸੀ ਆਪਾਂ ਲੱਭੋ ਇਹਦੇ ਪਿੱਛੇ ਨਹੀਂ ਦੇਖਿਆ ਕੁਛ ਪਰਦਿਆਂ ਪਿੱਛੇ ਨਹੀਂ ਕੁਛ ਹੋ ਸਕਦਾ ਵੀ ਆ ਹੋ ਵੀ ਸਕਦਾ ਨਹੀਂ ਆ ਚੱਲ ਇੱਥੇ ਤੇ ਨਹੀਂ ਆ ਨਾ ਇੱਥੇ ਤੇ ਮੈਂ ਅੱਧੇ ਹੀ ਸੈਟਿੰਗ ਕੀਤੀ ਆ ਕੁਛ ਖਿੱਲ ਗਿਆ ਨਾ ਦਾ ਕੁਛ ਨਹੀਂ ਆ ਉਧਰ ਕਿੰਨਾ ਮਤਲਬ ਵੱਡਾ ਹੈ ਮਤਲਬ ਠੀਕ ਆ ਆਪੇ ਤੂੰ ਦੇਖ ਸਰਪ੍ਰਾਈਜ਼ ਸਰਪ੍ਰਾਈਜ਼ ਵੱਡਾ ਹੋਵੇ ਛੋਟਾ ਜੇ ਵੱਡਾ ਇਹ ਥੋੜੀ ਚੀਜ਼ ਆ ਤੂੰ ਲੱਭ ਤੂੰ ਲੱਤੂ ਤੇ ਸਟਰਗਲ ਹੀ ਨਹੀਂ ਕਰ ਰਹੀ ਤੇ ਲੱਭ ਕੁਲਫੀ ਖਾਣੀ ਨਹੀਂ ਕੁਲਫੀ ਮੈਂ ਨਹੀਂ ਖਾਣੀ ਤੂੰ ਪਹਿਲਾਂ ਲੱਭ ਮੇਰੀ ਗੱਲ ਸੁਣੋ ਬਟ ਇੰਨਾ ਨਹੀਂ ਦੱਸੋ ਵੀ ਮੈਂ ਉਹੋ ਜੀ ਜਗ੍ਹਾ ਤੇ ਲੱਭ ਛੋਟਾ ਹੀ ਆ ਤੂੰ ਦੇਖ ਨਹੀਂ ਦੱਸਣਾ ਨਹੀਂ ਦੱਸਣਾ ਨਹੀਂ ਕਿੰਨਾ ਛੋਟਾ ਆਹੋ ਇਹ ਥੋੜੀ ਇਹ ਤੂੰ ਹੀ ਰਹਿ ਇਹ ਵੀਰ ਜੀ ਦੇ ਚਮਚੇ ਮੇਰੀ ਤੇ ਸਾਈਜ਼ ਕਦੇ ਲੈਣੀ ਨਹੀਂ ਇਹਨਾਂ ਨੇ ਉਹ ਜਿੰਨੀ ਡਾਡੀ ਲੈਨੇ ਹੁੰਦੀ ਨਹੀਂ ਰੇ ਦੇ ਦਿੰਦੇ ਅੱਛਾ ਇਹ ਝੂਠ ਫੈਨ ਨਹੀਂ ਗੱਲ ਕੀਤੀ ਨਹੀਂ ਨਹੀਂ ਇਹ ਤੇ ਗੱਲ ਸਹੀ ਹੈ ਕੁਛ ਵੀ ਨੀ ਪਿਆ ਸਾਹਮਣੇ ਆ ਪਿਆ ਸਾਹਮਣੇ ਆਹੋ ਤੇ ਤੂੰ ਲੱਭ ਤੈਨੂੰ ਆਪੇ ਪਤਾ ਲੱਗ ਜੂਗਾ ਦੱਸ ਤੇ ਮੇਰੇ ਕੱਪੜੇ ਖੋਲੀ ਜਾਂਦੀ ਦੱਸ ਨਹੀਂ ਲੱਭੇਗਾ ਵਾਹ ਜੀ ਵਾਹ ਸੁੱਟੋ ਸੁੱਟੋ ਗਰੀਬ ਦੇ ਕੱਪੜੇ ਸੁੱਟੋ ਇਹਨਾਂ ਚ ਕੁਛ ਨੀ ਹੈਗਾ ਇਹ ਮੇਰੇ ਆ ਕੁਛ ਵੀ ਹੋ ਸਕਦਾ ਕੁਛ ਵੀ ਆਹੋ ਚਲੋ ਜੀ ਉਹ ਤਾਂ ਤੇਰੇ ਕੋਲ ਇੰਨੇ ਪਏ ਉਹ ਮੈਂ ਕੀ ਕਰਨੇ ਆਹੋ ਚੀਜ਼ ਤੇ ਬੰਦਾ ਉਹ ਦਿੰਦਾ ਨਾ ਕਿ ਜਿਹੜੀ ਮਤਲਬ ਅਗਲੇ ਬੰਦੇ ਨੂੰ ਲੈਪਟਾਪ ਪੈਗ ਤੇ ਨਹੀਂ ਖੋਲਣਾ ਪਏਗਾ ਨਹੀਂ ਉਹਦੇ ਚ ਨਹੀਂ ਉਹਦੇ ਚ ਸੱਚੀ ਨਹੀਂ ਮੈਂ ਰੱਖਿਆ ਪੱਕੀ ਗੱਲ ਨਹੀਂ ਵੈਸੇ ਆਈਡੀਆ ਚੰਗਾ ਦਿੱਤਾ ਇਹਨੇ ਉਹਦੇ ਚ ਰੱਖ ਸਕਦੇ ਸੀ ਆਪਾਂ ਇੰਨਾ ਪਿੱਛੇ ਕੀ ਨਜ਼ਰ ਆਉਣਾ ਤੈਨੂੰ ਇੰਨਾ ਛੋਟਾ ਵੀ ਨਹੀਂ ਹਾਂ ਆਹ ਟਾਈਮ ਆ ਸੁਨੈਨਾ ਦੀ ਚਰੀ ਦੀ ਸੁਨੈਨਾ ਇੱਕ ਚੀਜ਼ ਹੈਗੀ ਆ ਇਹਦੇ ਤੋਂ ਚਲੋ ਤੁਹਾਨੂੰ ਕੰਮ ਕੋਈ ਹੋਰ ਹੋ ਰਿਹਾ ਪਰ ਸਟਿਲ ਆਹ ਸੁਨੈਨਾ ਨੇ ਜਸ ਨੂੰ ਇੱਕ ਮਹੀਨਾ ਹੋ ਗਿਆ ਦਿੱਤੀ ਤਿੰਨ ਫੈਬਰੇਰੀ ਚ ਦਿੱਤੀ ਸੀ ਕਿ ਇਹਦੀ ਸਕਰੀਨ ਪਾ ਕੇ ਦੇਣੀ ਆ ਪਰ ਇਹ ਭਰਾ ਦੇ ਕੰਮ ਵੇਖ ਲਓ ਬਹੁਤ ਜਸ ਅੱਜ ਇਹਦਾ ਵੀ ਕੰਮ ਕਰ ਦਿੰਦੇ ਆ ਇੱਥੇ ਹੋ ਸਕਦਾ ਹਾਂਜੀ ਇਹ ਤੁਹਾਡੇ ਸਾਹਮਣੇ ਪਿਆ ਤਾਂ ਵੇਖ ਨਹੀਂ ਰਿਹਾ ਹੁਣ ਇੰਨੇ ਪਰਸੋਂ ਵੀ ਪ੍ਰੋਬਲਮ ਸਾਰੇ ਪ੍ਰੋਬਲਮ ਨਹੀਂ ਤੇਰੇ ਸਾਹਮਣੇ ਮੇਰੇ ਕੋਲ ਤੂੰ ਲਾ ਲਾ ਕਿ ਮੇਰੇ ਕੋਲ ਇੰਨਾ ਤੈਨੂੰ ਹਿੰਟ ਦੇ ਸਕਦਾ ਕਿ ਮੇਰੇ ਕੋਲ ਸਿਰਫ ਗਿਣਤੀ ਦੇ 2 ਮਿੰਟ ਸੀ ਲੁਕਾਉਣ ਵਾਸਤੇ ਤੇ 2 ਮਿੰਟਾਂ ਦੇ ਵਿੱਚ ਮੈਂ ਕਿੱਥੇ ਲਗਾ ਸਕਦਾ ਹੁਣ ਇਹ ਤੇਰਾ ਮਾਈਂਡ ਯਾਰ ਤੁਸੀਂ ਕਿਤੇ ਵੀ ਲਗਾ ਚਲੋ ਇੱਕ ਕੰਮ ਕਰਦੇ ਆ ਹੈ 5 ਮਿੰਟ ਚ ਲੱਭਣਾ ਯਾਰ 2 ਮਿੰਟ ਦੇ ਵਿੱਚ ਮੈਂ ਕਿੱਥੇ ਲਗਾ ਸਕਦਾ ਤੂੰ ਆਪੇ ਦੇਖ ਲੈ ਹੁਣ ਤੇਰਾ ਮਾਈਂਡ ਕਹਿ ਦੇ ਤਾਂ ਬੈਠ ਗਈ ਜਦੋਂ ਲੰਗਰ ਨਹੀਂ ਖਾਣਾ ਤਾਂ ਲੰਗਰ ਲੈਂਦੇ ਹੁੰਦੇ ਲਿਆਓ ਜੀ ਲਿਆਓ ਚਲੋ ਠੀਕ ਹੈ ਦੇਖੋ ਵੀ ਅੱਗੇ ਕੀ ਬਣਦਾ ਉਹ ਯਾਰ ਚੱਲ ਇਹਨਾਂ ਦੱਸ ਦਿੰਦਾ ਇਹਨਾਂ 'ਚ ਨਹੀਂ ਗੱਲ ਮਾਰੀਆਂ 'ਚ ਨਹੀਂ ਗਾ ਹੋਰ ਨਹੀਂ ਤੇ ਗੱਲ ਫਿਰ ਦੇਖੋ ਥੋੜ੍ਹੀ ਮਿਹਨਤ ਤਾਂ ਕਰਾਈਏ ਬੈਡ ਥੱਲੇ ਓ ਉੱਤੇ ਨਹੀਂ ਗਾ ਅੱਜ ਦਾ ਨੇ ਸਬਰ ਦਾ ਫਲ ਮਿੱਠਾ ਹੁੰਦਾ ਤੇ ਫਲ ਤੇਰਾ ਪੂਰਾ ਮਿੱਠਾ ਹੋਊਗਾ
ਸ਼ੀਸ਼ੇ ਚ ਦਿਖ ਰਿਹਾ ਸੁਨੈਣਾ ਨਹੀਂ ਇਹਦੇ ਚ ਤੇ ਮਾਮਾ ਹੱਥ ਦੇ ਸਾਬਣ ਗਏ ਉਹ ਲੈ ਉਹ ਲੈਣੇ ਤੇ ਲੈ ਲਾ ਬਣੂ ਗੱਲ ਅੱਜ ਯਾਰ ਇਹ ਫੇਲ ਆ ਬੰਦਾ ਹਨਾ ਇਹ ਫੇਲ ਆ ਬੰਦਾ ਜੇ ਦੱਸ ਤੈਨੂੰ ਦੱਸਿਆ ਤੇ ਆ ਮੀਡੀਅਮ ਸਾਈਜ਼ ਕਹਿ ਲਾ ਤੂੰ ਕੁਛ ਵੀ ਹੋ ਸਕਦਾ ਕੁਛ ਵੀ ਹੋ ਸਕਦਾ ਮੋਟੇ ਨੂੰ ਅੱਜ ਨਹੀਂ ਲੱਭਣਾ ਲਾ ਲਾ ਮੋਟੇ ਦਿਮਾਗ ਲਾ ਲਾ ਯਾਰ ਥੋੜਾ ਦਿਮਾਗ ਬੰਦਾ ਦੱਸ ਤੇਰੇ ਸਾਹਮਣੇ ਪਈ ਚੀਜ਼ ਇੰਨਾ ਤੈਨੂੰ ਮੈਂ ਕਹਿ ਸਕਦਾ ਤੇਰੇ ਸਾਹਮਣੇ ਪਈ ਪਰ ਤੈਨੂੰ ਨਜ਼ਰ ਨਹੀਂ ਆਉਂਦੀ ਸਾਹਮਣੇ ਪਈ ਹੈ ਤੇਰੇ ਤੈਨੂੰ ਕਹਿ ਰਿਹਾ ਤੈਨੂੰ ਨਜ਼ਰ ਨਹੀਂ ਆ ਰਹੀ ਬਸ जे तू लभ ली तो ठीक है ना लभी तो मैं वापस दे आनी दे आनी नी मतलब दे आऊंगा गिफ्ट गिफ्ट मेल फीमेल का हिसाब है गिफ्ट गिफ्ट चल ਆਈਫੋਨ ਨੰਦਾ ਮਾਰ ਵੀ ਦਿੰਦਾ ਜੀਰ ਬੇਟਾ ਲੱਭ ਜੋ ਆਵੇਂ ਨੂੰ ਮੇਰੀ ਡਰੈਸ ਦਾ ਬਟਨ ਟੁੱਟ ਗਿਆ ਇੱਥੇ ਚੱਕਰ ਚ ਤੂੰ ਫੇਰ ਹੁਣ ਮੈਂ ਇੱਥੇ ਆਪਾਂ ਨਹੀਂ ਦੱਸਦੇ ਕਿਉਂ ਵੀ ਸੁਣਾਣਾ ਕੁਦਾ ਜੀ ਸਾਹਮਣੇ ਸਾਹਮਣੇ ਲਈ ਸਾਹਮਣੇ ਨਾ ਸਾਰਾ ਦੇਖ ਲੈ ਇਹਨਾਂ ਨੂੰ ਗਿਫਟ ਨਹੀਂ ਲੱਭਣਾ ਅੱਜ ਹਾਂ ਸਾਹਮਣੇ ਵਿਆਹ ਲੱਭਣ ਨਹੀਂ ਦਿਆ ਸਾਹਮਣੇ ਵਿਆਹ ਕਹਿੰਦਾ ਲੱਭਣ ਨਹੀਂ ਦਿਆ ਇਹਨਾਂ ਦਿਮਾਗ ਲਾ ਇਹਨਾਂ ਕੋ ਕੁਛ ਨਹੀਂ ਇਹ ਵੀ ਗਰੰਟੀ ਹੁਣ ਆ ਜਿੱਬ ਖਾਂਦੀ ਮੇਰਾ ਤੂੰ ਚੈੱਕ ਕਰਾ ਤੂੰ ਵੀਰ ਜੀ ਨਾਲ ਗਿਆ ਤੂੰ ਐ ਵੀ ਚਮਚਾ ਵੀਰ ਜੀ ਦਾ चल सामने अर्श सामने हिंट दे गल्ला गल्ला च सामने ही है नहीं अच्छे पहुंच गई पहुंच गई है देखो क्या हो सकता है ये सामने 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 ज्वेलर्स टाइप है किदा मेरे किदा लगी डायमंड रिंग का और जाओ अच्छा अल बिल पढ़ 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 सकती है तो पढ़ ल सही गल है पढ़ खोल बिल भी संभव नहीं नहीं पढ़ लै दस मैं तेन लिया के दे नहीं सकता पर आज कुछ है नहीं पिना मतलब तो वैसे ही दस बंदा कुछ दे नहीं सकता कुछ मतलब सरप्राइज देता है तो टिक फॉर टैट हो गया यकीन है कि नहीं हो गया जी हो गया खुशी निकल रही है पर निकालना नहीं चाह रहे आप यार अंदर नु भी आना चाहिए था बीच चल मैं आना सुनना ना फिर ਕਿਵੇਂ ਲੱਗੀ ਬਹੁਤ ਵਧੀਆ ਥੈਂਕ ਯੂ ਸੋ ਮਚ ਫॉर ਦਿਸ ਐਕਟ ਆਫ ਕਾਈਂਡਨੈਸ ਯੂਅਰਸ ਓਵਿਡੈਂਟਲੀ ਅਸ਼ਪ੍ਰੀਤ ਕੌਰ ਵਾਈਫ ਆਫ ਸਰਦਾਰ ਜੀ ਹਾਂ ਪੂਰਾ ਐਸੇ ਲਿਖ ਦਿੰਨੇ ਆਪਾਂ ਤੇ ਕਿਦਾਂ ਲੱਗੀ ਕਿਦਾਂ ਲੱਗੀ ਸੋ ਗਾਇਸ ਮੈਂ ਅਸਲੀ ਆ ਰਿੰਗ ਬਾਈ ਕੀਤੀ ਸੀ ਕਿਹਨਾਂ ਲੱਗੂ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀ ਕਿਵੇਂ ਲੱਗੀ ਤੇ ਤੁਸੀਂ ਵੀ ਕਮੈਂਟ ਕਰੋ ਕਿਵੇਂ ਲੱਗੀ ਦੱਸੋ ਨਾ ਆਏ ਆਏ ਥੈਂਕ ਯੂ ਬਹੁਤ ਬੜੀਆ ਹੈ ਬਹੁਤ ਬੜੀਆ ਇਸਕੋ ਡਾਲੋ ਵੀ ਨਾ ਅਬ साइज परफेक्ट आ रहा है ना पूरा साइज है परफेक्ट कितनी सोनी आई है दिखाई ये वाली है ऐसा डी ब्याह वाली है ते ऐश नु आज वाली किदा लगी बहुत बढ़िया है बहुत नाइस वेरी नाइस पक्का सोनी लगी यस
रिंग या कुछ फिर मैं रिंग लैन गया मैं चलो अज ना व्लॉग कर दे अच्छा टीका लाया मैं रोन लग पी है कोई भी काम करना हुंदा ना कोई भी काम ਅਸੀਂ ਇੱਕ ਦੂਜੇ ਤੋਂ ਬਿਨਾਂ ਕਦੇ ਵੀ ਬਾਹਰ ਨਹੀਂ ਜਾਈਦਾ ਆਲਮੋਸਟ ਜਸ ਨੂੰ ਆਪਣੀ ਸ਼ੌਪ ਦਾ ਜਾਂ ਕੋਈ ਵੀ ਕੰਮ ਹੁੰਦਾ ਨਾ ਉੱਥੇ ਵੀ ਮੈਨੂੰ ਨਾਲ ਲੈ ਜਾਂਦੇ ਆ ਕਿਉਂਕਿ ਸਾਡੇ ਮਤਲਬ ਇੱਦਾਂ ਹੁੰਦਾ ਕਿ ਆਪਾਂ ਨਾਲ ਹੀ ਜਾਈਏ ਇਕੱਠੇ ਇੱਕ ਦੂਜੇ ਨਾਲ ਹੀ ਕੰਮ ਕਰੀਏ ਤੇ ਅੱਜ ਕਰਨ ਨੂੰ ਲੈ ਕੇ ਨਿਕਲੇ ਕਹਿੰਦੇ ਮੈਂ ਕੁਛ ਕਾਰ ਦਾ ਕੰਮ ਕਰਾਉਣਾ ਪਤਾ ਨਹੀਂ ਕੀ ਕੰਮ ਮੈਂ ਸ਼ੌਪ ਦਾ ਵੀ ਕੰਮ ਜਾਣਾ ਕਾਰ ਦਾ ਕੰਮ ਸੱਚੀ ਕਰਵਾਉਣਾ ਸੀ ਬਟ ਮੇਰੇ ਕੋਲ ਨਾ ਟਾਈਮ ਮੈਨੇ ਨਹੀਂ ਹੋ ਪਾਇਆ ਤੇ ਉੱਥੇ ਸ਼ੂਟ ਵੀ ਕਰਨਾ ਸੀ ਤੇ ਫਿਰ ਆਪਾਂ ਬਾਜ਼ਾਰ ਵੀ ਘੁੰਮੇ ਥੋੜਾ ਜਿਹਾ ਅੱਜ ਮੈਂ ਇਦਾਂ ਕਰ ਦਿੰਦੀ ਸੋ ਗਾਈਜ਼ शाम तक लाकर संभाल लेनी क्योंकि मजाक ना मजाक रहा रात टाइम शहीदा साहब भी जाये या कि भी जाये ना सो इस चीज का ध्यान जरूर रखा करो क्योंकि अजकल माहौल ठीक नहीं है लाइक लुट खो वाले काम बहुत ज्यादा गड्डी गुड्डी च जाना होवे तो ठीक है हां वो ठीक है अपन वैसे भी कुछ गोल्ड पा के निकलन दा बाकी चलो बढ़िया लगा सरप्राइज सोना सी ये तेनू पसंद सी ना असल च अर्श ना काफी टाइम तो मेरे को मतलब आपा जदों कोई वीडियोस देखदे आ ना रील्स देखदे आ ते ओदे विच ना रिंग्स आंदियां ते रिंग्स अर्श नू बहुत पसंद ने जिन्हां दे उपर डायमंड लगा होवे या थोड़ी उपर नू होवे जिन्हां दी शेप फिर मैं उसे शेप च लैके आया चलो सांभो बिल सांभो समान ते हुण अपना काम खत्म अज आपां बहुत भज्जे दौड़े आ मैं ते बेचारा करन चलो बाकी अज तुसी देख ही लिया ठीक देख सकते हो देखो पर चलो कोई गल नहीं मेन गल हुंदी आ कि खुशी दी बंदा खुश होना चाहिए साडा सानू इन्हां चीजां दा कोई प्रॉब्लम नहीं आ बाकी चलो खुश आ ना ठीक है बाकी चलो गाइज हुण आपां इत्थे वीडियो दी करदे आ एंडिंग अमृतसर च बाय करना हो बेस्ट शॉप आ क्योंकि तो मतलब साडे दादा जी दे वेले तो साडा उन्हां नाल प्यार आ अज दा नहीं आ बड़ा पुराना प्यार आ साडा उन्हां नाल ते तुसी उन्हां को बाय कर सकदे हो ते बहुत ही वधिया डील करदे आ भाजी सारे ते हुण करण दे ब्याह दी वी सारी शॉपिंग चलो बाकी गाइस जुड़ा हो रिहा फिलहाल हुण आपां व्लॉग दी इत्थे एंडिंग करदे आ ते थक वी बड़े गए आ तुहानू मिलांगे नेक्स्ट व्लॉग च ते सीधा साहब मत्था टेक के कठे बोल देने आपां चलो बाकी मिलते हैं आपां नैक्सट ब्लॉग च वधिया वधिया कंटेंट लैके आवांगे हुण तुहाडे लई ते बस हुण छेती छेती आपां रिकवर हो रहे हैं ते बाकी चलो बाय बाय ते वीडियो नूं लाइक शेयर कर दिओ चैनल नूं सबसक्राइब कर दिओ ते हुण तुहानूं नैक्सट वीडियो च मिलांगे आ तुसीं कहिंदे नहीं हो नेशवाल गल हां जी नैक्सट वीडियो च मिलांगे आपां तुहानूं छेती छेती यस वीडियो नूं लाइक शेयर सबसक्राइब चैनल नूं
ਤੇ ਮਿਲਦੇ ਥੋੜਾ ਪਿਆਰ ਜਲਦੀ ਜਲਦੀ ਵਧਾਓ ਜਲਦੀ ਜਲਦੀ 50K ਕਰੋ ਅਸੀਂ ਵੀ ਸੈਲੀਬ੍ਰੇਟ ਕਰੀਏ ਹਾਂਜੀ ਚਲੋ ਚਲੋ ਬਾਏ ਬਾਏ